ਬਸ ਮੈਂ ਵੀ ਇਹ ਕਹਿਣਾ ਚਾਹੁੰਦੀ ਵੀ ਜਿੰਨੇ ਵੀ ਤੁਸੀਂ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਹੋ ਇੱਕ ਸਿੱਧੂ ਦੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਐਡੇ ਐਡੇ ਸਟਿੱਕਰ ਬਣਾ ਕੇ ਹਰੇਕ ਭੈਣ ਭਰਾ ਜਿੱਥੋਂ ਤੱਕ ਤੁਹਾਡੀ ਪਹੁੰਚ ਹੁੰਦੀ ਉੱਥੇ ਤੱਕ ਲਾਇਓ ਕਿਉਂਕਿ ਜਿੱਥੇ ਵੀ ਇਹ ਤਿੰਨੇ ਪਾਰਟੀਆਂ ਚਾਰੇ ਪਹੁੰਚਦੀਆਂ ਨੇ ਉੱਥੇ ਉਹਨਾਂ ਨੂੰ ਪਤਾ ਲੱਗੇ ਵੀ ਇਹ ਕੀ ਮੰਗ ਰਹੇ ਨੇ ਅਸੀਂ ਕਿਸੇ ਪਾਰਟੀ ਨੂੰ ਚੰਗਾ ਨਹੀਂ ਕਹਿੰਦੇ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਉਹ ਤਾਂ ਆਪੋ ਆਪਣਾ ਕਰਨਾ ਜਿਹਾ ਜਿਹਾ ਬੰਦਾ ਕੰਮ ਕਰੂਗਾ ਉਹ ਜਿਹਾ ਬੋਲਣ ਦੀ ਲੋੜ ਵੀ ਨਹੀਂ ਅਗਲਾ ਆਪ ਹੀ ਕਹਿੰਦਾ ਵੀ ਹਾਂ ਇਹਨਾਂ ਨੇ ਇੰਨੇ ਵਧੀਆ ਕੰਮ ਕੀਤੇ ਆਪਾਂ ਇਹਨਾਂ ਨੂੰ ਵੋਟ ਦੇਵਾਂਗੇ ਆਪਾਂ ਨੂੰ ਐਡਾ ਰੌਲਾ ਪਾਉਣ ਦੀ ਲੋੜ ਨਹੀਂ ਵੀ ਆਪਾਂ ਰੌਲਾ ਪਾਈਏ ਵੀ ਅਸੀਂ ਆਹ ਕਰਤਾ ਜੀ ਅਸੀਂ ਆਹ ਕਰਤਾ ਐਡੇ ਲੋਕ ਜ਼ਰੂਰਤ ਨਹੀਂ ਹੈਗੇ ਲੋਕ ਸਾਰੇ ਸਿਆਣੇ ਨੇ ਸਾਰਿਆਂ ਨੂੰ ਪਤਾ ਵੀ ਕੀ ਕੁਛ ਹੋਇਆ ਹੁਣ ਸਾਡਾ ਤਾਂ ਘਰ ਪੱਟਿਆ ਸਾਨੂੰ ਪਤਾ ਜਾਂ ਜਿਹਦੇ ਘਰ ਢਹੇ ਨੇ ਉਹਨਾਂ ਨੂੰ ਪਤਾ ਜਾਂ ਜਿਹਦੇ ਜਵਾਕ ਅੱਜ ਐਨ ਐਸ ਏ ਲਾ ਲਾ ਕੇ ਜੇਲ੍ਹਾਂ 'ਚ ਭੇਜਦੇ ਜਾਂ ਉਹਨਾਂ ਨੂੰ ਪਤਾ ਦੂਜਾ ਵਿਚਾਰਾ ਦੋ ਦਿਨ ਖਬਰ ਸੁਣਦਾ ਤੀਜੇ ਦਿਨ ਭੁੱਲ ਜਾਂਦਾ ਪਰ ਸਾਡੇ ਤਾਂ ਇਹ ਜਿੰਨਾ ਚਿਰ ਅਸੀਂ ਰਹਾਂਗੇ ਸਾਡੇ ਤਾਂ ਮਤਲਬ ਬਾਕੀ ਜਿਹੜੀ ਆ ਬੇਅਦਬੀ ਹੋਈ ਆ ਪਰਸੋਂ ਜੋ ਉੱਥੇ ਸ਼ਰੇਆਮ ਉਹਨੇ ਪਿੱਟਾ ਘਟਣਾ ਘਟਾਉਣਾ ਘਟਾਉਣਾ ਕਰਮ ਕੀਤਾ ਹੈ ਨਾ ਦੇਖ ਕੇ ਐਂ ਲੱਗਦਾ ਵੀ ਇਹਨੂੰ ਮਾਰ ਦੇਣਾ ਚਾਹੀਦਾ ਸੀ ਉਹ ਤੇ ਇੰਨੇ ਸੇ ਕਿਉਂ ਨਹੀਂ ਲਾਈ ਇਹਨਾਂ ਨੇ ਉਹ ਵਿਚਾਰਾ ਮੰਤਰੀ ਹੈ ਪਰ ਜੇ ਚਲੋ ਆਪਾਂ ਹੋਰ ਵੀ ਨਹੀਂ ਕਿਸੇ ਦੀ ਗੱਲ ਕਰਦੇ ਉਹ ਵੀ ਕਾਮ ਇਨਸਾਨ ਸੀ ਖੇਤਾਂ 'ਚ ਕੰਮ ਕਰਨ ਵਾਲਾ ਹੁੰਦਾ ਸੀ ਉਹਨਾਂ 'ਤੇ ਤਾਂ ਐਨ ਐਸ ਏ ਲਾਤੀ ਅਤੇ ਇਹ 'ਤੇ ਕਿਉਂ ਨਹੀਂ ਲਾਈ ਕਿਉਂ ਨਹੀਂ ਰੌਲਾ ਪਾਉਂਦੇ ਆਪਾਂ ਇਹਨਾਂ ਨੂੰ ਵੀ ਇਹ ਤੇ ਲਾਓ ਐਨ ਐਸ ਏ ਜਾਂ ਉਹ ਵੀ ਦੋਨੇ ਹੱਥ ਵੱਢ ਦੇਣੀ ਚਾਹੀਦੀ ਸੀ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੇ ਕਿੰਨਾ ਬੇਰਹਿਮੀ ਨਾਲ ਉਹਨਾਂ ਦਾ ਕਤਲ ਕੀਤਾ ਸਿੰਘਾਂ ਦੀਆਂ ਪੱਗਾਂ ਉਤਾਰੀਆਂ ਚਿਹਰੇ ਦੀਆਂ ਪਾਠ ਕਰ ਦੇਣੀਆਂ ਕਿੱਥੇ ਲੇਖੇ ਦੇਣਗੇ ਹੁਣ ਕੌਣ ਕਰਾ ਰਹੇ ਨੇ ਸਾਨੂੰ ਕੋਈ ਪਾਰਟੀ ਨਾਲ ਕਿਸੇ ਨਾਲ ਕੋਈ ਮਤਲਬ ਨਹੀਂ ਸਭ ਆਪੋ ਆਪਣੇ ਰਾਹ ਸਾਫ਼ ਕੀਤੇ ਨੇ ਸਾਡੇ ਬੱਚੇ ਨੇ ਵੀ ਜਦੋਂ ਮਾਨਸਾ ਤੋਂ ਉੱਠਿਆ ਸਾਡੇ ਕਾਂਗਰਸੀਆਂ ਨੇ ਉਹਦਾ ਵਿਰੋਧ ਕੀਤਾ ਸੀ ਰਾਹ ਸਾਫ਼ ਕਰਨ ਦੇ ਵਾਲਿਆਂ ਨੇ ਵੀ ਜੇ ਸ਼ੁਭਦੀਪ ਆ ਗਿਆ ਇੱਥੇ ਤਾਂ ਸਾਨੂੰ ਇੱਥੇ ਲਵਾਈ ਲੱਗਣ ਦੇਣਾ ਸਾਨੂੰ ਪਤਾ ਅਸੀਂ ਸਾਰਾ ਕੁਛ ਜਾਣਦੇ ਹਾਂ ਪਰ ਇਹ ਜਦੋਂ ਸਾਨੂੰ ਬੋਲਣ ਨੂੰ ਮਜਬੂਰ ਕਰ ਦਿੰਦੇ ਨੇ ਨਾ ਵੀ ਚਲੋ ਵੀ ਜੇ ਤਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਦੇ ਨੇ ਫਲਾਣੇ ਨੂੰ ਮਜ਼ਬੂਤ ਕਰਦੇ ਨੇ ਉਦੋਂ ਸਾਨੂੰ ਦੁੱਖ ਲੱਗਦਾ ਅਸੀਂ ਇਨਸਾਫ ਤਾਂ ਮੰਗ ਹੀ ਸਕਦੇ ਹਾਂ ਜਦੋਂ ਸਾਡੇ ਪਿੰਡ 'ਚ ਸਾਡੇ ਆਪਣੇ ਘਰ 'ਚ ਕੋਈ ਗੱਲਬਾਤ ਹੁੰਦੀ ਆਪਾਂ ਕਿਹਦੇ ਕੋਲ ਜਾਂਦੇ ਹਾਂ ਪਹਿਲਾਂ ਮੌਜੂਦਾ ਸਰਪੰਚ ਕੋਲ ਜਾਂਦੇ ਹਾਂ ਸਾਬਕਾ ਕੋਲ ਵੀ ਨਹੀਂ ਜਾਂਦੇ ਅਸੀਂ ਤਾਂ ਫਿਰ ਪਹਿਲਾਂ ਉੱਥੇ ਵੀ ਗਏ ਸੈਂਟਰ ਦੀ ਸਰਕਾਰ ਕੋਲ ਵੀ ਗਏ ਫਿਰ ਭਗਵੰਤ ਮਾਨ ਜੀ ਕੋਲ ਵੀ ਗਏ ਸਾਡੀ ਤਾਂ ਕਿਸੇ ਨੇ ਵੀ ਨਹੀਂ ਸੁਣੀ ਇਨਸਾਫ ਦੱਸੋ ਅਸੀਂ ਕਿਹੜੇ ਤਰੀਕੇ ਨਾਲ ਮੰਗੀ ਹੋਈ ਜੇ ਅਸੀਂ ਕੁਛ ਬੋਲਦੇ ਹਾਂ ਤਾਂ ਤੁਸੀਂ ਜੀ ਤੁਹਾਡੇ ਭਾਰਾ ਸਾਰੀ ਦੁਨੀਆ ਨੂੰ ਫਾਹਾ ਲਾ ਦਈਏ ਬਈ ਅਸੀਂ ਕਦੋਂ ਕਹਿੰਦੇ ਹਾਂ ਫਾਹਾ ਅਸੀਂ ਤਾਂ ਆਪ ਇਸ ਗੱਲ ਨੂੰ ਕਹਿੰਦੇ ਵੀ ਕਿਸੇ ਦਾ ਕਿਤੇ ਕੋਈ ਕਸੂਰ ਹੈ ਅਤੇ ਬਸ ਸ਼ੁਭਦੀਪ ਦਾ ਨਾਂ ਨਾ ਵਰਤਿਆ ਹੋਇਆ ਹੁਣ ਸਾਨੂੰ ਨਹੀਂ ਪਤਾ ਉਹਦੇ ਅੱਗੇ ਕੀ ਸੰਬੰਧ ਨਹੀਂ ਕੀ ਨਾ ਉੱਥੇ ਵੀ ਸ਼ੁਭਦੀਪ ਦਾ ਨਾਂ ਇਹ 'ਚ ਸਾਡਾ ਕੀ ਕਸੂਰ ਹੈ ਤੁਸੀਂ ਤਾਂ ਸਾਰੀ ਦੁਨੀਆ ਨੂੰ ਫਾਂਸੀ ਲਵਾਉਣ ਨੂੰ ਕਹਿੰਦੇ ਹੋ ਪ੍ਰਭੂ ਅਸੀਂ ਕਦੋਂ ਕਹਿੰਦੇ ਆਪਣੇ ਸਾਹਮਣੇ ਤਾਂ ਕੋਈ ਨਹੀਂ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਆਪੀ ਸਾਰਾ ਕੁਛ ਹੋ ਹੀ ਆ ਗਿਆ ਕੋਈ ਗੱਲ ਨਹੀਂ ਸਾਡੇ ਜਵਾਕ ਨੂੰ ਵੀ ਕੱਲ੍ਹ ਜੋੜਿਆ ਸੀ ਕਿਸੇ ਨੇ ਸ਼ਗਨਾ ਇਹਦਾ ਮੈਨੇਜਰ ਹੈ ਤਾਂ ਕਰਕੇ ਮਾਲਕਾਂ ਤੁਸੀਂ ਸਾਰਿਆਂ ਨਹੀਂ ਸੁਣਿਆ ਹੋਊਗਾ ਇਹ ਗੋਲਡੀ ਬਰਾੜ ਕੋਲ ਰਿਹਾ ਵੀ ਸ਼ਗਨਾ ਨੇ ਸਾਡਾ ਸਾਫ਼ ਤਲਾ ਕਰ ਦਿਓ ਵੀ ਸ਼ਗਨਾ ਸਾਡਾ ਮੈਨੇਜਰ ਕਿੱਥੇ ਸੀਗਾ ਤੁਸੀਂ ਸੁਣ ਲਿਆ ਕਿਸੇ ਨੇ ਕਹੇ ਤਾਂ ਹੈ ਤੁਸੀਂ ਸਾਡੇ ਜਵਾਕ ਮਾਰ ਕੇ ਸਾਡਾ ਘਰ ਬੰਦ ਕਰ ਕਲੀਅਰ ਕਰਨ ਦਾ ਕੋਈ ਫਰਜ਼ ਨਹੀਂ ਬਣਦਾ ਹੁੰਦਾ ਆਪਣਾ ਵੀ ਜੇ ਕਿਸੇ ਕੋਈ ਗਲਤੀ ਆ ਤਾਂ ਸਾਨੂੰ ਕਲੀਅਰ ਕਰੀ ਬੈਠੇ ਸਗਨਾ ਸਾਡਾ ਮੈਨੇਜਰ ਨਹੀਂ ਵਿਚਾਰਾ ਸਾਡਾ ਕੁਛ ਹੋਰ ਨਹੀਂ ਉਹਦਾ ਕਿਤੇ ਲੈਣਾ ਨਹੀਂ ਦੇਣਾ ਨਹੀਂ ਅਤੇ ਸਾਡੇ ਨਾਲ ਜੋੜ ਤਾਂ ਫਿਰ ਅਸੀਂ ਕਿਹਦੇ ਕੋਲ ਪਿੱਟੀਏ ਜਾ ਕੇ ਹੁਣ ਜੇ ਕੋਈ ਕਰਨਾ ਉਹਦੇ ਨਾਲ ਕੋਈ ਗੱਲਬਾਤ ਹੁੰਦੀ ਆ ਉਹਨਾਂ ਦਾ ਕੋਈ ਆਉਂਦਾ ਤਾਂ ਫਿਰ ਕਹਿੰਦੇ ਸਿੱਧੂ ਮੂਸੇਵਾਲਾ ਨਾਲ ਜੋੜ ਦੇਣਗੇ ਮੈਂ ਪੱਤਰਕਾਰ ਵੀਰਾਂ ਨੂੰ ਵੀ ਇਹੀ ਕਹੂੰਗੀ ਵੀ ਤੁਸੀਂ ਜੋ ਜਿਹਾ ਜਿਹਾ ਕੁਛ ਹੁੰਦਾ ਉਹਦਾ ਸਪਸ਼ਟੀਕਰਨ ਕਰੋ ਅਤੇ ਪਰ ਸ਼ੁਭਦੀਪ ਦਾ ਨਾਮ ਆਉਣ ਪਲੀਜ਼ ਉਹਦੇ ਤੱਕ ਵੀ ਆ ਜਾਣਗੇ ਕੋਈ ਗੱਲ ਨਹੀਂ ਸਾਡਾ ਤਾਂ ਉਸ ਕਾਰਪੁਰ ਹੋਇਆ ਹੁੰਦੇ ਭਰੋਸਾ ਜ਼ਰੂਰ ਸਾਨੂੰ ਇਨਸਾਫ ਮਿਲੂਗਾ ਹੋਰ ਤਾਂ ਸਾਨੂੰ ਕੁਝ ਪਾਸੋਂ ਮਿਲਦਾ ਨਹੀਂ ਅਸੀਂ ਇਨਸਾਫ ਮੰਗ ਕੀ ਤੋਂ ਰਹਿਣਾ ਜਿਹਨੇ ਸਾਰਾ ਕੁਛ ਕਰਿਆ ਕਰਾਇਆ ਉਹ ਸਾਨੂੰ ਇਨਸਾਫ ਕਿਉਂ ਲੈਣਗੇ ਇਹ ਕਾਰਪੁਰ ਵਾਹਿਗੁਰੂ ਜ਼ਰੂਰ ਦੇਊਗਾ ਬਸ ਮੇਰੀ ਕੋਈ ਬੇਨਤੀ ਦੁਬਾਰੇ ਜਲੰਧਰ ਆਇਆਂ ਨੂੰ ਫੇਰ ਹੈ ਵੀ ਤੁਸੀਂ ਜੇ ਤੁਸੀਂ ਸ਼ੁਭਦੀਪ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਸਪੀਕਰ ਬਣਾ ਕੇ ਅਤੇ ਹਰੇਕ ਥਾਣੇ 'ਚ ਪਿਓ ਅਤੇ ਜਿੱਥੇ ਇਹ ਸਾਰੀਆਂ ਪਾਰਟੀਆਂ ਜਾ ਕੇ ਦੇਖਣ ਵੀ ਹਾਂ ਅਸੀਂ ਕੀ ਕੀਤਾ ਹੁਣ ਭਗਵੰਤ ਮਾਨ ਨੂੰ ਅਸੀਂ ਤਾਂ ਕਹਿੰਦੇ ਹਾਂ ਕਿਉਂਕਿ ਇਹ ਮੌਜੂਦਾ ਮੁੱਖ ਮੰਤਰੀ ਹੈ ਹੁਣ ਤਾਂ ਕਿਸੇ ਦੀ ਚੱਲਦੂ ਵੀ ਨਹੀਂ ਚੱਲਣੀ ਨਹੀਂ ਦਿੰਦੇ ਰੌਲਾ ਪਾ ਕੇ ਬਿਠਾ ਦਿੰਦੇ ਨੇ ਜਾਂ ਪਰਚੇ ਪਾ ਦਿੰਦੇ ਨੇ ਕਦੇ ਕਿਸੇ ਨੇ ਕੁਛ ਕਿਸੇ ਹਰੇਕ ਹੱਥ ਕੰਡਾ ਬਣਾ ਰਹੇ ਨੇ ਜੇ ਕੋਈ ਸੱਚ ਬੋਲਦਾ ਤਾਂ ਉਹਨੂੰ ਬੋਲਣ ਨਹੀਂ ਦਿੰਦੇ ਬਸ ਮੈਂ ਤਾਂ ਇਹੀ ਕਹੂੰਗੀ ਜੇ ਤੁਸੀਂ ਸ਼ੁਭ ਨੂੰ ਪਿਆਰ ਕਰਦੇ ਹੋ ਤਾਂ ਉਹਦੇ ਸਪੀਕਰ ਬਣਾ ਕੇ ਅਤੇ ਉੱਥੇ ਜ਼ਰੂਰ ਜਲੰਧਰ ਸਾਰੇ ਲਾਓ ਜੇ ਸਾਥੋਂ ਪਹੁੰਚ ਹੋਇਆ ਤਾਂ ਅਸੀਂ ਵੀ ਜ਼ਰੂਰ ਪਹੁੰਚਾਂਗੇ ਤਾਂ ਜੋ ਜਿਹੜੀਆਂ
ਪਾਰਟੀਆਂ ਸੋਡੇ ਕੋਲ ਵੋਟ ਮੰਗਣਾ ਕਰਨੀਆਂ ਪਹਿਲਾਂ ਸ਼ੁਭਦੀਪ ਨੂੰ ਦੇਖ ਲਿਆ ਕਰਦੇ ਸੀ ਡੀਪੀ ਵਾਲੇ ਹਾਂ ਤੇ ਮੋਬਾਈਲ ਤੇ ਡੀਪੀ ਸੋਡੇ ਸਾਰਿਆਂ ਦੇ ਲੱਗੇ ਹੋਣੇ ਚਾਹੀਦੇ ਜਿਹੜੇ ਜਿਹੜੇ ਪਿਆਰ ਕਰਦੇ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਕੌਣ ਸ਼ੁਭਦੀਪ ਨੂੰ ਪਿਆਰ ਕਰਦਾ ਵੈਸੇ ਤਾਂ ਮੈਨੂੰ ਪਤਾ ਤੁਸੀਂ ਆਪ ਹੀ ਜਵਾਬ ਦੇ ਦਿੰਦੇ ਬੋਲਣ ਵਾਲਿਆਂ ਨੂੰ ਜਿਹੜੇ ਕੋਈ ਮਾੜਾ ਮੋਟਾ ਬੋਲਦੇ ਤੁਸੀਂ ਬਹੁਤ ਮੈਨੂੰ ਸੰਤੁਸ਼ਟੀ ਮਿਲਦੀ ਆ ਤੇ ਬਾਕੀ ਕਹਿੰਦੇ ਸੀਗੇ ਵੀ ਸ਼ੁਭਦੀਪ ਦੀ ਕੀ ਦੇਣਾ ਉਹ ਆਪਣੇ ਕ੍ਰਿਕਟ ਵਾਲੇ ਮੁੰਡੇ ਕੱਲ ਸ਼ਿਖਰ ਧਵਨ ਵਰਗੇ ਜਿਨ੍ਹਾਂ ਨੇ ਵਿਚਾਰਿਆਂ ਨੂੰ ਪੱਗ ਦਾ ਨਹੀਂ ਪਤਾ ਸੀ ਉਹਨਾਂ ਨੇ ਪੱਗ ਬੰਨ੍ਹ ਕੇ ਮੁੰਡਾ ਮੁੰਡਾ ਦਿੱਤਾ ਥਾਪੀ ਮਾਰ ਕੇ ਮੇਰੀ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਮੈਂ ਬੈਂਕ ਨੂੰ ਵੀ ਅਰਦਾਸ ਕਰਦੀ ਹਾਂ ਵੀ ਜਵਾਨ ਇੱਦਾਂ ਹੀ ਤਰੱਕੀਆਂ ਕਰਦੇ ਰਹਿਣ ਤੇ ਇਹਨਾਂ ਨੂੰ ਪਰਮਾਤਮਾ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖੇ ਮੈਂ ਠੀਕ ਖਾਲਸਾ ਹੋਇਆ ਤੁਹਾਨੂੰ